सत श्रीकाल जी सारे, वेलकम बैक टू नदर ब्लॉग। अज आप जा रहे अमृतसर, अज सिमर की फ्लैट आ तेन छड़न जा रहे हैं अपने वीर हुणी नाल ने। हुण डी खलोते मैं सड़क के सड़क डीकन रहे, तुहानू आउंदे आओ पिंड दा सरियाली जिवें कि तुहानू पता गया। तो चलो मिलदे अगे, चला हुण 3 महीने ला गए 2 महीने लाउणा इह 3 महीने, महीना इक वध ही ला गया उदा। तो चलो अजे भी बहुत कुछ पता नहीं है। अरे कुछ नहीं पता, एयरपोर्ट तो मोड़ा दे हुण ते जहाजे चढ़ा गए, मोड़ ना लैण। आ गया जी कपड़े भी आई पा गया खरे, कपड़े भी शायद यही है। आ गया छतर मुर्ग, हाँ छतर मुर्ग अगे ला ला, अगे ला ली नहीं जाने तू दस कदा ओला गड्डी स्टार्ट बंद करती। चुप चाप क्यों जान चली है? ओ मेरी गल सुन, सच तरह मैं गल करनी ही एक उत जहाज बह गया ना, ड्राइवर ना लड़ना नहीं कि मैं चलाना, ठीक है। दूजी गल नहीं जद करनी कि मैं उल्टी आती तो बारी खोलो। ओ यार ओ पता की करते हैं, हाँ उल्टी आंदी खोल जा बारी खोल, बारी नहीं खोलनी, ठीक है। वीर ने अपने गाए ने अपन अज गाना सुना, हाँ जी सुना जी आने सुना पार्किंग अपन वेखदे आ कित्थे लाउणी आ, पर मरदे आ खाली खाली आ बाबा यार। नहीं होए उधर बाबा जनता ही बड़ी जनता होवे उधर, वेच वागी वागी ਮੈਨੂੰ ਲੱਗਦਾ ਸਟੂਡੈਂਟਸ ਕਾਫੀ ਚੱਲੇ ਆ ਆਪਣੇ ਸਾਲ ਜੱਗੀ। ਲੋ ਜੀ ਆਪਾਂ ਡੱਕ ਲਈ ਆਪਣੀ ਬੱਗੀ, ਲੋਕ ਦੀ ਨਹੀਂ ਹੋਗੀ ਹੋਗੀ ਹੋਗੀ। ਚਲੋ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ। ਹੈਲੋ ਗਾਈਜ਼, ਹਾਂਜੀ ਵਧੀਆ ਵਧੀਆ। ਉਹ ਤੂੰ ਵੇਖਦਾ ਨਹੀਂ ਓਏ, ਚੱਲ ਕਰੋ ਹਾਂਸ ਲੈ ਗਿਆ। अपना फोटो शूट भी हो गया, पता नहीं किन्ने बजे दी फ्लाइट जे दी, एक रद्द भी हो गई जे चली जाना जी। परिवार ने मिलन दिया जे उधर दी हूँ फाइनल का वे टू गो इन साइड। ਚੰਗਾ ਵੀ ਜੀ,
रौला पाया एटीएम च पैसे कढाने वेख लैने किन्ने क पैसे कढाउंदा ओह एटीएम च मैं क्या मैंने सुसु पाया वा सुसु घर आई है पहला 60 रुपये देने पार्किंग आ जाने अपने को 10 रुपये 50 रुपये का अरेंजमेंट करना कि नहीं कि जहाज खा मैं कभी जहाज नहीं खा पर जहाज का पर वेख ला मुड़ के खुश हो जाए जहाज लगे जहाज के पारी लगे जहाज बहन जहाज तो चलो चलो सर मासी के मुंडे का नहीं है कहने पाई भी रानू लै जी इतों तक मैं रात परता ही छी चलो जी उन्होंने आप चढ़ाता सिख धर्म का प्रतीक खंडा क्या बात है क्या ही बात है दो सौ वाले सौ वाले नोट इन्हें कढ़ा लेने फूड कोर्ट है चलते हैं ज्यादा ही खिलिया फिर अने जोगे है नहीं है कढ़ाया भावे 10,000 ही है नहीं जोगे है नहीं वैसे अपना कुछ खाने हां जी वीर जी तुम ओद ही है बार वीर जी वीर जी वीर जी ओद ही बार आ गए वीर जी सलाह आटा मैगी 153 ਮੈਂ ਲਾਈਟ ਵੇਖਣੀ ਹੁੰਦੀ ਭਰਾਵਾ ਤੁਸੀਂ ਦੇਖ ਜਾਂਦੇ ਮੈਂ ਦੇਖਦਾ ਨਹੀਂ ਉਹ ਤਾਂ ਕੋਈ ਫੋਨ ਪਾ ਕੇ ਦੱਸੇ ਨਹੀਂ ਉਹਨੂੰ ਘੰਟਾ ਹੋਇਆ ਇੱਥੇ ਬੈਠਿਆਂ ਨੂੰ ਫੋਨ ਲਾਉਣ ਡਿਆ ਤੇ ਸੌਂ ਗਿਆ ਮੈਨੂੰ ਲੱਗਾ ਝੋਕ ਝੱਕ ਲੱਗ ਗਈ ਝੋਕ ਲੱਗ ਗਈ ਸਾਡਾ ਫੋਨ ਚੁੱਕਿਆ ਨਹੀਂ ਡਿਆ ਆਪ ਕਰ ਨਹੀਂ ਡਿਆ ਪਾਗਲਾਂ ਨੂੰ ਘੁੰਮੀ ਜਾਂਦੇ ਕਦੀ ਕੋਈ ਖਾਣ ਲਾਉਂਦਾ ਤੇ ਕਦੀ ਕੋਈ ਉਹ ਆ ਵੀ ਹੈਗਾ ਇੰਡੀਅਨ ਤੜਕਾ ਇੱਥੇ ਵੀ ਮਾਰੀ ਟਰਾਈ ਚੱਲ ਮੈਮ ਸੈਂਡਵਿਚ ਕਿਹਨੇ ਕਿਉਂ ਨਹੀਂ तिरंगा किड्डा तगड़ा फिर भी लहराउण डे माड़ा मोड़ा हवा इन तेरा गुड्डी डाइए गुरुआ जगी हवा है गुड्डी डाइए चढ़ाता चल गया
ਕਹਿੰਦਾ ਹੋ ਗਈ ਐਂਟਰੀ ਆਪਾਂ ਹੁਣ ਚੱਲੇ ਆਪਣੇ ਪਿੰਡ ਨੂੰ ਘਰ ਨੂੰ ਜੱਗੀ ਜੀ ਲੈ ਗਿਆ ਘਰੋਂ ਨਹੀਂ ਮੁੜਿਆ ਏਅਰਪੋਰਟ ਵਾਲੇ ਨੇ ਵੀ ਨਹੀਂ ਮੁੜਿਆ ਕਿ ਸਾਲਿਆ ਉਹਦੇ ਦਵਾ ਹੋਏ ਤੂੰ ਆਪਾਂ ਆ ਗਏ ਜੀ ਆਪਣੀ ਬੱਗੀ 'ਚ ਚਲੋ ਮਿਲਦੇ ਤੁਹਾਨੂੰ ਅੱਗੇ ਸ਼ਹਿਰ ਜਾ ਗਿਆ ਆਪਣੇ ਓਈ ਗੇਟ ਆਪਾਂ ਚੱਲੇ ਬਾਹਰ ਨੂੰ ਚਲੋ ਚੱਲੀਏ ਟਾਈਮ ਵੱਧ ਗਏ ਦੱਸ ਵਰਜੀ ਕੀ ਖਿਆਲ ਤੁਹਾਡੇ ਹੋਏ ਹੋਏ ਕੀ ਖਿਆਲ ਬੀਤੀ ਤੁਹਾਡੇ ਖਿਆਲ ਕੁਛ ਨਹੀਂ ਖਾਈਏ ਕਿਉਂਕਿ ਕੁਝ ਯਾਰ ਭੁੱਖ ਲੱਗੀ ਖਾਈਏ ਪੀਏ ਤਾਂ ਠੀਕ ਆ ਫੌਜੀ ਭੁੱਖ ਲੋਤਾ ਹੀ ਲਓ ਜੀ ਆਪਾਂ ਆ ਗਏ ਰੇਹੜੀ ਮਾਰਕੀਟ ਪਤਾ ਨਹੀਂ ਕਾਹਨੂੰ ਇਹਨਾਂ ਸਾਰੀਆਂ ਬੱਤੀਆਂ ਵਜਾਈਆਂ ਮੇਰੇ ਹਿਸਾਬ ਨਾਲ 10 ਵਜੇ ਵਾਲਾ ਹੈ ਨਾ ਪੁਲਿਸ ਵਾਲਾ ਕੋਈ ਸੀਨ ਹੋਊਗਾ ਕਿ 10 ਵਜੇ ਜਿਹੜਾ ਤੁਸੀਂ ਮੈਨੂੰ ਦੱਸਣਾ ਕੁਛ ਹੋਣ ਗਿਆ ਕਹਿੰਦੇ ਨਾ ਫਿਰ 10 ਵਜੇ ਲੋਕਡਾਊਨ ਕਰ ਦਿੰਦੇ ਸਾਰਾ ਕੁਛ ਨਹੀਂ ਵੀ ਤਾਂ ਕਰਕੇ ਹੈ ਨਾ ਵੈਸੇ ਚਿੰਤਾ ਤਾਂ ਬਥੇਰੀ ਇੱਥੇ ਛਾਂ ਚੋਂ ਅੱਡੀ ਜਾਂਦੇ ਟੋਲੀ ਨਹੀਂ ਇੱਧਰ ਕੰਮ ਕਰਨ ਡਿਆ ਆਪਾਂ ਹਾਂ ਜੀ ਐਗ ਰੋਲ ਖਤਮ ਹੋ ਗਿਆ ਕੰਮ ਉਹ ਬਾਈ ਉਹਨਾਂ ਦੀ ਗੱਡੀ ਫਸ ਕੇ ਜ਼ੋਰ ਜ਼ਾਰ ਤੇ ਲਾ ਕੇ ਵੇਖ ਲਿਆ ਨਹੀਂ ਨਿਕਲਣ ਡੀ ਪਤਾ ਕੀ ਕਰਿਓ ਸਰ ਇਹਦਾ ਟਾਇਰ ਉਹਨੂੰ ਘੁਮਾ ਕੇ ਨਾ ਥੱਲੇ ਇੱਟ ਰੱਖ ਦੋ ਇਹਦੇ ਇੱਧਰਲੇ ਪਾਸੇ ਵਾਹ ਬਾਈ ਡੂੰਘੇ ਟਾਇਰ ਵੇਖੋ ਜੀ ਐਡੇ ਅਸੀਂ ਅਫਸੋ ਅਸੀਂ ਭੁੱਖਣਾ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਹੁਣ ਸਾਰਾ ਖਾ ਲਿਆ ਰੇ ਮਹਾਂ ਗਿਣਤੀ ਦੀ ਇੱਕ ਚੀਜ਼ ਮਿਲੀ ਹੁਣ ਜੇ ਖਾ ਲਿਆ ਅਸੀਂ ਤੋਂ ਲੜਾਈ ਹੋਣੀ ਆ ਆਹ ਪੀਸ ਤੋਂ ਹੁਣ ਲੱਗੀ ਸਾਡੀ ਕਲੇ ਹੁਣ ਇਹਨੂੰ ਅੱਧਾ ਅੱਧਾ ਕਰਕੇ ਖਾਵਾਂਗੇ ਅੱਧਾ ਕਰਕੇ ਫਰੈਂਡਸ ਮੈਨੂੰ ਲੱਗੀ ਸੀ ਭੁੱਖ ਨਾਲ ਇਹਨੂੰ ਹੀ ਇਹਨੂੰ ਬੰਦੇ ਨੂੰ ਵੀ ਰਾਕਸ਼ਸ ਨੂੰ ਅਤੇ ਸਾਨੂੰ ਕਹਿੰਦਾ ਅਸੀਂ ਇਹਨੂੰ ਫੋਨ ਲਾਇਆ ਇਹ ਗੱਲ ਕਰਨ ਡਿਆ ਅਤੇ ਕਹਿੰਦਾ ਕਿ ਬਾਈ ਤੁਸੀਂ ਨਾ ਇੰਜ ਕਰਿਓ ਜੰਡਿਆਲੇ ਆਇਓ ਅਤੇ ਜੰਡਿਆਲੇ ਰਹਿੰਦਾ ਵਾ ਇਹ ਵੀਰ ਅਤੇ ਸਾਨੂੰ ਢਾਬੇ ਬਣਾਉਣ ਡਿਆ ਹੁਣ ਵੇਖਿਓ ਮਾਫੀ ਮੰਗ ਤੂੰ ਜਦੋਂ ਢਾਬਾ ਹੀ ਨਾ ਆਤਾ ਮੈਨੂੰ ਬਾਪੂ ਨੂੰ ਫੋਨ ਲਾਇਆ ਵਿੱਚ ਓਏ ਮੈਂ ਦਾਦਾ ਨੂੰ ਗੰਦ ਪਾਇਆ ਤੂੰ ਸੁਣ ਰਹੇ ਹੋ ਬਸ ਮੈਂ ਰੋੜਿਆ ਬਸ ਹੀ ਯਾਰ ਕੱਟਤਾ ਮੈਂ ਕੱਟ ਕੇ ਰੱਖੇ ਨੇ ਫਿਰ ਆ ਗਿਆ ਸਿਮਰ ਤੂੰ ਵੀ ਸੁਣਨ ਡਿਆ ਹੋਣਾ ਰੋੜਿਆ ਤੂੰ ਵੀ ਸੁਣਨ ਡਿਆ ਹੋਣਾ ਆਹ ਬੰਦੇ ਨੇ ਕੀ ਕਿਹਾ ਵਿੱਕੀ ਸੁੱਕੀ ਤੇ ਚੱਲ ਉਹਨਾਂ ਨੂੰ ਪਤਾ ਯਕੀਨ ਨਹੀਂ ਕਰਨਾ ਉਹਨਾਂ ਨੇ ਹੁਣ ਮੈਂ ਫੋਨ ਲਾਊਂਗਾ ਗੁਰੂਆ ਕਰਨ ਤੂੰ ਵੀ ਸੋਲਾ ਇਹ ਬੰਦਾ ਪੜਨ ਲੱਗਾ ਹੀ ਹੋਏ ਯਾਰ ਪੜਨਾ ਚਾਹੀਦਾ ਬੰਦੇ ਨੂੰ ਜ਼ਿੰਦਗੀ ਦੇ ਕੰਮ ਦਾ ਬੰਦਾ ਬੰਦਾ ਪੜ ਕੇ ਪਹਿਲਾਂ ਅਕਲ ਨਹੀਂ ਆਈ ਜੇ ਹੁਣ ਅਗਲਾ ਹੀ ਤੈਨੂੰ ਪੜ ਲੈਂਦਾ ਗੁਰੂਆ ਮੈਨੂੰ ਮੈਂਟਲ ਹਸਪੀਟਲ ਲੈ ਲਵਾਂ ਹਾਂ ਵਾ ਇਹ ਆਪਣੇ ਅੰਮ੍ਰਿਤਸਰ ਲੈ ਜਾਂਦਾ ਮੈਂ ਵੇਲਾ ਗੁਰੂਆ ਨਾਲੇ ਮੈਨੂੰ ਘਿਓ ਵਾਲਾ ਪੀਪਾ ਦੇਣਗੇ ਨਾਲੇ ਰੁਪਇਆ 500 ਬੱਝਾ ਦੇਣਗੇ ਮੈਨੂੰ ਰੁਕੀ ਚਾਹੀਦਾ ਮੈਂ ਤੈਨੂੰ ਉਹ ਚੀਜ਼ ਤੇ ਕਹਿਣ ਡਿਆ ਵਾ ਇਹਨੂੰ ਦਿਖਾਵਾਂ ਮੈਂ ਕਿ ਵੇਖੋ ਬੰਦਾ ਸਹੀ ਕਿਤੇ ਕੁਛ ਖਾਣ ਨੂੰ ਨਹੀਂ ਮਿਲਿਆ ਜੇ ਹੁਣ ਮਾਤਾ ਨੇ ਰੋਟੀ ਲਾਈ ਆ ਘਰੇ ਮਾਤਾ ਨੇ ਮੈਨੂੰ ਫੋਨ ਕੀਤਾ ਮਾਤਾ ਜੀ 10 ਰੋਟੀਆਂ ਬਹੁਤ ਆ ਆਂਦਾ ਨਹੀਂ 2 ਹੋਰ ਲਾ ਦਿਓ ਇਹ ਤਾਂ ਸਾਹ ਲਾ ਲਓ ਕਿੰਨਾ ਕੁ ਚਰਦਾ ਹੋਊਗਾ ਇਹ ਲਾ ਲਓ ਸਾਹ ਖਾਣਾ ਹੁੰਦਾ ਵਾ ਝੋਸਰਾ ਨਹੀਂ ਹੁੰਦਾ ਆਪਾਂ ਆ ਗਏ ਆਪਣੀ ਗਲੀ 'ਚ ਆਪਾਂ ਆ ਗਏ ਆਪਣੇ ਘਰੇ ਵੱਜ ਗਏ 11 ਵੀਰੇ ਉਹ
11 ਵਜ ਗਏ ਕਹਿੰਦੇ 11 ਉਹ ਵਾਹ ਹੁਣੇ 11 ਵਜੇ ਇੱਕ ਮਿੰਟ ਹੁਣ ਆਇਆ ਤੇ ਚਲੋ ਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ